श्री हरिमंदर साहिब के अंदर जिथे श्री गुरु ग्रंथ साहिब सुशोभित होंगे उत्थे उत्तर प्रदेश के रहने वाला 22 साल नौजवान जंगला टप के बेअदबी करने की कोशिश करने अगे आया सी। उसनों फड़ के संगतां ने बाहर ले जा के मौत के घाट उतार दिता है। मिली जानकारी के मुताबिक इस सारी की सारी घटना उदों वापरी जो श्री गुरु ग्रंथ साहिब जी का रहरास चल रहा है। रहरास के दरम्यान ही अचानक एक पासे तो शोर शराबा सुनाई दिता। जो वेखण से पता लगा तो उत्तर प्रदेश के संबंध रखने वाला 22 साल नौजवान जंगला टप के अगे आ गया। उसका एक पैर श्री गुरु ग्रंथ साहिब जी के नज़दीक पे रुमाले के कोल भी आ चुका है, परंतु इसे दे चलदे होया मुश्तैदी वरतदे होए उत्थे मौजूद सेवादारां दे वल्लों इस नौजवान नूं काबू कर लिया गया। काबू करन तों बाद इस नूं बाहर वी ले जाया गया, जिस तों बाद इस नूं मौत दे घाट उतार दिता गया। परंतु श्री गुरु ग्रंथ साहिब जी दे नाल वापर जाण वाली इह घटना कितना कितें श्री गुरु ग्रंथ साहिब जी दे नाल जुड़े होए होर बेअदबी दे मामलियां नूं वी याद करवा दिंदी है, जिन्हां दे बारे विच हुण तक इंसाफ नहीं हो पाया। फिलहाल मौजूदा मामले दे बारे विच अलग अलग प्रधानां अते अलग अलग सियासतदानां दे रुख अते प्रतिक्रियावां आउणियां शुरू हो चुकियां ने, परंतु वड्डी गल इह है कि इस घटना नूं अंजाम देण वाले उत्तर प्रदेश दे इस 22 साल नौजवान नूं उत्थे मौजूद सेवादारां दे वल्लों मौत दे घाट उतार दिता गया है। तां इस मौजूदा घटना दे बारे विच तुहाडा की कहना है, कमेंट सैक्शन दे विच आके अपनी राय देना बिल्कुल भी ना भुलना। चुकी जिन्ने भी अंदर अपने सिंह साहब बाकी सिंह बैठे सी आले दुआले उन्होंने सारे ने भी जी उन्हों फड़ के ਜਦੋਂ ਜੰਗਲੇ ਤੋਂ ਬਾਹਰ ਪਾਇਆ ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਬਾਹਰ ਲਿਆਉਣ ਤੋਂ ਬਾਅਦ ਫਿਰ ਇੱਥੇ ਤੱਕ ਲਿਆਉਂਦੇ ਤੇ ਰਸਤੇ ਦੇ ਵਿੱਚ ਸੰਗਤ ਨੇ ਜਿਹੜਾ ਆ ਵੀ ਉਹਦੀ ਕੁੱਟਮਾਰ ਇੰਨੀ ਕੁ ਹੋ ਗਈ ਉਹ ਬੰਦਾ ਇੱਥੇ ਆਉਂਦੇ ਤੱਕ ਜਿਹੜਾ ਆ ਉਹ ਖਤਮ ਹੋ ਗਿਆ। ਪਹਿਚਾਣ ਹੋ ਗਈ, ਸ਼ਨਾਖਤ ਹੋ ਗਈ ਨਹੀਂ, ਇਹ ਚੀਜ਼ਾਂ ਜਿਹੜੀਆਂ ਹੁਣ ਅਸੀਂ ਉਹਨੂੰ ਡੈਡ ਹਾਊਸ ਦੇ ਵਿੱਚ ਉੱਥੇ ਕਰਾਤਾ ਆ। ਉਸ ਤੋਂ ਬਾਅਦ ਹੁਣ ਉਹਦਾ ਪੋਸਟਮਾਰਟਮ ਵਗੈਰਾ ਹੋਊਗਾ। ਕਰੀਬ ਇਹਦੇ ਜੋ ਦੇਖਣ ਮੁਤਾਬਕ ਜੋ ਹੁਣ ਜਿਹੜੀ ਫੁਟੇਜ ਦੇਖ ਰਹੇ ਹਾਂ ਕੋਈ ਇੱਥੇ 25 ਉੱਪਰ ਥੱਲੇ ਹੋ ਸਕਦਾ। ਪੰਜਾਬ ਦਾ ਰਹਿਣ ਵਾਲਾ ਜਾਂ ਪੰਜਾਬ ਰਹਿਣ ਵਾਲਾ ਕਿੱਥੋਂ ਦਾ ਸੀ? ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁਣ ਅਸੀਂ ਅੱਗੇ ਵਾਚ ਕਰਾਂਗੇ, ਕਿਉਂਕਿ ਕੈਮਰਿਆਂ ਦੇ ਵਿੱਚ ਸਾਰਾ ਕੁਝ ਆ ਗਿਆ ਹੈ। ਕੈਮਰੇ ਵੇਖੇ ਤੁਸੀਂ ਇਕੱਲੇ ਸੀਗੇ ਨਾਲ ਹੋਰ ਵੀ ਨਹੀਂ? ਇਹ ਉਸ ਟਾਈਮ ਜਿਹੜਾ ਇਕੱਲਾ ਹੀ ਬੰਦਾ ਸੀਗਾ, ਕਿਉਂਕਿ ਉਦੋਂ ਜਿੰਨੀ ਸੰਗਤ ਮੱਥਾ ਟੇਕ ਰਹੀ ਆ ਉਹ ਸਾਰੀ ਸੰਗਤ ਦੇ ਵਿੱਚ ਇਕੱਲਾ ਪਹਿਲਾਂ ਆਰਾਮ ਨਾਲ ਖੜਾ ਸੀਗਾ। ਜਦੋਂ ਉਹਨੇ ਬਿਲਕੁਲ ਮੱਥਾ ਚੱਕਿਆ ਆਪਾਂ ਨੀਵੇਂ ਹੋ ਕੇ ਉਹ ਟੇਕੀ ਦਾ, ਉਦੋਂ ਉਹਨੇ ਉੱਥੇ ਜਿਹੜਾ ਆ ਉਹਨੇ ਜੰਗਲਾ ਜਿਹੜਾ ਟੱਪ ਲਿਆ। ਤੇ ਨਹੀਂ ਰਹਿਰਾਸ ਦੇ ਟਾਈਮ ਅੰਦਰ ਹੋਈ, ਲੇਕਿਨ ਜਿਹੜੀ ਸੰਗਤ ਆ ਉਹ ਮੱਥਾ ਟੇਕ ਰਹੀ ਆ, ਪਾਠ ਚੱਲ ਰਿਹਾ। ਜਦੋਂ ਅਰਦਾਸ ਹੁੰਦੀ ਉਦੋਂ ਸੰਗਤ ਸਾਰੀ ਬੈਠ ਜਾਂਦੀ ਆ। ਇਹ ਜਦੋਂ ਆਪਣੇ ਮਹਾਰਾਜ ਦੀ ਰਹਿਰਾਸ ਚੱਲ ਰਹੀ ਸੀ ਸਾਰੀ ਸੰਗਤ ਮੱਥਾ ਟੇਕ ਰਹੀ ਸੀ। ਜਿਹੜੇ ਵਾਲ ਕੱਟੇ ਹੋਏ ਆ ਔਰ ਸਿਰ ਤੇ ਜਿਹੜਾ ਪੀਲੇ ਰੰਗ ਦਾ ਪਟਕਾ ਬੱਧਾ ਸੀਗਾ, ਔਰ ਕੋਈ ਕਰੀਬ ਜਿਹੜੀ ਉਮਰ ਇੱਥੇ ਮਤਲਬ 20-25 ਸਾਲ ਇੱਥੇ ਐਵਰੇਜ ਇੰਨੀ। ਸਰ ਐਸਜੀਪੀਸੀ ਨੇ ਕੋਈ ਰਿਟਨ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਤੁਹਾਨੂੰ ਜਾਂ ਸਿੱਖ ਸੰਗਤ ਨੇ ਕੋਈ ਡਿਮਾਂਡ ਕੀਤੀ ਹੈ ਤੁਹਾਡੇ? ਬਿਲਕੁਲ ਜੀ, ਜਿਹੜੀ ਸਿੱਖ ਸੰਗਤ ਆ ਉਹਨੂੰ ਸਾਰੀ ਨੂੰ ਦੱਸ ਦਿੱਤਾ। ਕਾਫੀ ਸਾਰੇ ਸੰਗਤ ਦੇ ਵਿੱਚ ਬਹੁਤ ਰੋਸ ਸੀਗਾ ਇਸ ਗੱਲ ਦਾ, ਔਰ ਉਹ ਸਾਰਿਆਂ ਨੂੰ ਅਸੀਂ ਦੱਸਿਆ ਵੀ ਆਹ ਗੱਲ ਹੋ ਗਈ ਆ, ਔਰ ਉਹ ਸਾਰੇ ਹੁਣ ਇਸ ਗੱਲ ਨਾਲ ਸਾਡੇ ਨਾਲ ਐਗਰੀ ਆ। ਹੁਣ ਉਸ ਤੋਂ ਬਾਅਦ ਜਿਹੜਾ ਕੱਲ੍ਹ ਹੁਣ ਜਿਹੜਾ ਪੋਸਟਮਾਰਟਮ ਕਰਾਵਾਂਗੇ ਔਰ ਅਸੀਂ ਬਿਲਕੁਲ ਜਿਹੜੀ ਆ ਉਹ ਅੱਗੇ ਜੋ ਬਣਦੀ ਕਰ ਰਹੀ ਉਹ ਵੀ ਕਰ। ਹਾਂਜੀ, ਦੇਖੋ ਅਸੀਂ ਇਹਦੇ ਵਿੱਚ ਨਾ ਸਾਰੀਆਂ ਸਾਡੀਆਂ ਟੀਮਾਂ ਲੱਗ ਗਈਆਂ ਆਲਰੇਡੀ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ ਸੀਸੀਟੀਵੀ ਕੈਮਰੇ ਆ ਬਾਹਰ ਤੋਂ ਲੈ ਕੇ ਅੰਦਰ ਤੱਕ। ਅਸੀਂ ਇਹਨੂੰ ਪੂਰਾ ਵਾਚ ਕਰਾਂਗੇ ਵੀ ਉਹ ਤੋਂ ਬਾਹਰੋਂ ਇਕੱਲਾ ਆ ਰਿਹਾ ਅਤੇ ਜਾਂ ਇਹਦੇ ਨਾਲ ਹੋਰ ਵੀ ਕੋਈ ਆ ਰਿਹਾ, ਉਹ ਸਾਰੀ ਚੀਜ਼ ਵਾਚ ਕਰਕੇ ਜੇ ਕੋਈ ਇਹਦੇ ਨਾਲ ਦਾ ਹੋਇਆ ਤਾਂ ਉਹਨੂੰ ਵੀ ਵੈਰੀਫਾਈ ਕਰਾਂਗੇ।